ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ YouTube ਫਾਰਮਰ ਚੈਨਲ ਦੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਮੌਸਮ ਦੀ ਜਾਣਕਾਰੀ 14 ਤੋਂ 16 ਨਵੰਬਰ ਲੈ ਕੇ ਅੱਜ ਅਸੀਂ ਗੱਲ ਕਰਾਂਗੇ ਕਿ ਇਹਨਾਂ ਦਿਨਾਂ ਦੌਰਾਨ ਪੰਜਾਬ ਵਿੱਚ ਮੌਸਮ ਬਦਲਦੇ ਸਰ ਕਿੰਨੇ ਕੁ ਹਨ ਕਿਉਂਕਿ ਸਰਦੀ ਰੁੱਤ ਦਾ ਪਹਿਲਾ ਤਕੜਾ ਪੱਛਮੀ ਸਿਸਟਮ ਪਹੁੰਚ ਰਿਹਾ ਹੈ ਤੇ ਜਿਸ ਦੇ ਚੱਲਦੇ ਪੰਜਾਬ ਵਿੱਚ ਮੀਂਹ ਪੈਣ ਦੇ ਹਾਲਾਤ ਬਣ ਰਹੇ ਨੇ। ਸੋ ਇਸ ਸਬੰਧਤ ਸਾਰੀ ਜਾਣਕਾਰੀ ਡਿਟੇਲ ਵਿੱਚ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਇਸ ਵੀਡੀਓ ਦੇ ਵਿੱਚ। ਥੋ ਸ਼ੁਰੂਆਤ ਕਰਦੇ ਹਾਂ 14 ਨਵੰਬਰ ਤੋਂ। 14 ਨਵੰਬਰ ਨੂੰ ਪੰਜਾਬ ਵਿੱਚ ਮੌਸਮ ਹਾਲਕੀ ਜ਼ਿਆਦਾਤਰ ਆਪਾਂ ਨੂੰ ਸਾਫ਼ ਹੀ ਦੇਖਣ ਨੂੰ ਮਿਲੇਗਾ ਹਲਕੀ ਟੁੱਟਵੀਂ ਬੱਦਲਵਾਈ ਕੁਝ ਭਾਗਾਂ ਵਿੱਚ ਰਹਿ ਸਕਦੀ ਹੈ ਤੇ ਨਾਲ ਜਿਸ ਦੇ ਪੰਜਾਬ ਵਿੱਚ ਧੁੱਪ ਦਾ ਮਾਹੌਲ ਵੀ ਬਣਿਆ ਰਹੇਗਾ ਮੌਸਮ ਵਿੱਚ ਜੋ ਪਰਿਵਰਤਨ ਆਵੇਗਾ ਉਹ ਲਗਭਗ ਆਪਾਂ ਨੂੰ 15 ਨਵੰਬਰ ਤੋਂ ਦੇਖਣ ਨੂੰ ਮਿਲੇਗਾ 15 ਨਵੰਬਰ ਸਵੇਰ ਤੋਂ ਪੂਰਬੀ ਹਵਾਵਾਂ ਦੀ ਵਾਪਸੀ ਹੋ ਜਾਵੇਗੀ ਤੇ ਜਿਸ ਤੋਂ ਬਾਅਦ ਪੰਜਾਬ ਵਿੱਚ ਬਦਲਵਾਈ ਦਾ ਦੌਰ ਸ਼ੁਰੂ ਹੋ ਜਾਵੇਗਾ ਕਿਉਂਕਿ ਜੋ ਪੱਛਮੀ ਸਿਸਟਮ ਨਾਲ ਜੋ ਬੱਦਲੀ ਸਿਸਟ ਆ ਰਹੇ ਨੇ ਕਾਰਗਾਈਆਂ ਕਰਨ ਤਾਂ ਉਹ ਪਹਾੜੀ ਇਲਾਕਿਆਂ ਵਿੱਚ ਪੂਰੇ ਸਰਗਾਂ ਨੂੰ ਰੂਪ ਵਿੱਚ 15 ਨਵੰਬਰ ਤੋਂ ਐਕਟਿਵ ਹੋ ਜਾਣਗੇ ਤੇ ਉਸ ਦੇ ਨਾਲ ਹੀ ਪੰਜਾਬ ਵਿੱਚ ਵੀ ਆਪਾਂ ਨੂੰ 15 ਨਵੰਬਰ ਦੀ ਦੁਪਹਿਰ ਤੋਂ ਬਾਅਦ ਆ ਜੋ ਸੰਭਾਵਿਕ ਹੈ ਉਸ ਤੋਂ ਬਾਅਦ ਬਰਸਾਤੀ ਗਤੀਵਿਧੀਆਂ ਆਰੰਭ ਹੋਣ ਦੇ ਚਾਂਸ ਵਧ ਰਹੇ ਨੇ 15 ਨਵੰਬਰ ਦੀ ਰਾਤ ਅਤੇ 16 ਨਵੰਬਰ ਦੀ ਸਵੇਰ ਤੱਕ ਪੰਜਾਬ ਦਾ ਮੌਸਮ ਬੱਦਲੀ ਨਾਲ ਬਰਸਾਤੀ ਗਤੀਵਿਧੀਆਂ ਵਾਲਾ ਰਹੇਗਾ ਪੰਜਾਬ ਦੇ ਕਈ ਭਾਗਾਂ ਵਿੱਚ ਹਲਕਾ ਮੀਂਹ ਤੇ ਕੁਝ ਭਾਗਾਂ ਵਿੱਚ ਜਾਂ ਦਰਮਿਆਨੇ ਤੋਂ ਹਲਕਾ ਭਾਰਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤੇ ਨਾਲ ਕੁਝ ਭਾਗਾਂ ਵਿੱਚ ਹਲਕੀ ਫੁਲਕੀ ਗੜੇਮਾਰੀ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਜੇਕਰ ਆਪਾਂ ਇਲਾਕਿਆਂ ਦੇ ਹਿਸਾਬ ਨਾਲ ਦੇਖੀਏ ਤਾਂ ਆਪਾਂ ਨੂੰ ਪੱਛਮੀ ਤੇ ਜੋ ਦੱਖਣੀ ਇਲਾਕੇ ਹੋਣਗੇ ਪੰਜਾਬ ਦੇ ਤਾਂ ਉਹਨਾਂ ਵਿੱਚ ਜ਼ਿਆਦਾ ਸਾਰ ਰਹਿਣਗੇ ਕਿ ਬਰਸਾਤੀ ਗਤੀਵੀਆਂ ਥੋੜੀਆਂ ਜਿਹਾ ਜ਼ਿਆਦਾ ਹੋ ਸਕਦੀਆਂ ਨੇ ਜਿੰਦੇ ਵਿੱਚ ਆਪਾਂ ਗੱਲ ਕਰ ਲੰਨੇ ਆ ਮਾਝਾ ਖੇਤਰ ਹੋ ਗਿਆ ਤੇ ਨਾਲ ਪੰਜਾਬ ਦੇ ਦੱਖਣ ਪੱਛਮੀ ਲਾਕੇ ਜਿਹਦੇ ਵਿੱਚ ਆਪਾਂ ਗੱਲ ਕੀ ਅਮਰਸਰ ਤੋਂ ਲੈ ਕੇ ਗੁਰਦਾਸਪੁਰ ਪਠਾਨਕੋਟ ਤੇ ਨਾਲ ਲੱਗਦੇ ਫਿਰੋਜ਼ਪੁਰ ਦੇ ਇਲਾਕੇ ਫਾਜ਼ਿਲਕਾ ਫਰੀਦਕੋਟ ਮੁਕਸਰ ਤੇ ਇਸ ਤੋਂ ਇਲਾਵਾ ਮਾਨਸਾ ਬਠਿੰਡਾ ਸੰਗਰੂਰ ਇਹਨਾਂ ਇਲਾਕਿਆਂ ਵਿੱਚ ਬਰਨਾਲੇ ਦੇ ਇਲਾਕਿਆਂ ਵਿੱਚ ਵੀ ਆਪਾਂ ਨੂੰ ਬਰਸਾਤੀ ਗਤੀਵੀਆਂ ਦੇਖਣ ਨੂੰ ਮਿਲਣਗੀਆਂ ਤੇ ਜਿਹੜੀਆਂ ਕਿ ਹਲਕੇ ਤੋਂ ਲੈ ਕੇ ਦਰਮਿਆਨੀਆਂ ਰਹਿਣਗੀਆਂ ਤੇ ਜੋ ਸਰਹੱਦੀ ਇਲਾਕੇ ਹੋਣਗੇ ਉਹਨਾਂ ਵਿੱਚ ਥੋੜਾ ਜਿਹਾ ਜ਼ਿਆਦਾ ਸਾਰ ਬਣੇ ਰਹਿਣਗੇ ਤੇ ਪੰਜਾਬ ਦੇ ਮੱਧ ਭਾਗ ਦੀ ਗੱਲ ਕਰੀ ਤਾਂ ਮੋਗਾ ਜਲੰਧਰ ਹੋ ਗਿਆ ਤੇ ਇਸ ਦੇ ਨਾਲ ਲੁਧਿਆਣਾ ਰਕਾ ਇਹਨਾਂ ਇਲਾਕਿਆਂ ਵਿੱਚ ਮੀਂਹ ਹਲਕੇ ਤੋਂ ਲੈ ਕੇ ਦਰਮਿਆਨਾ ਰਹਿ ਸਕਦਾ ਹੈ ਤੇ ਇੱਥੇ ਵੀ ਦੱਸਦੀ ਹੈ ਕਿ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਇਹ ਬਰਸਾਤੀ ਗਰਦੂਆਂ ਬਿਲਕੁਲ ਨਹੀਂ ਹੋਣਗੀਆਂ ਪੰਜਾਬ ਦੇ ਲਗਭਗ 50 ਤੋਂ 70% ਇਲਾਕਿਆਂ ਵਿੱਚ ਮੀਂਹ ਰਹੇਗਾ ਤੇ ਬਾਕੀ ਇਲਾਕੇ ਬੱਦਲਵਾਈ ਨਾਲ ਖੁਸ਼ਕੀ ਵਿੱਚ 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 ਬਣੇ ਰਹਿਣਗੇ ਤੇ ਉਸ ਤੋਂ ਬਨਾ ਜੇ ਬਾਕੀ ਇਲਾਕੇ ਦੀ ਗੱਲ ਕਰੀਏ ਤਾਂ ਫਤਿਹਗੜ੍ਹ ਸਾਹਿਬ ਹੋ ਗਿਆ ਪਟਿਆਲਾ ਹੋ ਗਿਆ ਬੱਸੀ ਪਠਾਨਾ ਆਦਿ ਇਲਾਕੇ ਚੰਡੀਗੜ੍ਹ ਮੁਹਾਲੀ ਇਹ ਪਹਾੜੀ ਇਲਾਕਿਆਂ ਦੇ ਹੋਰ ਕਰੀਬ ਪੈਂਦੇ ਇਲਾਕੇ ਨੇ ਜਿਵੇਂ ਅਨੰਦਪੁਰ ਸਾਹਿਬ ਹੋ ਗਿਆ ਰੂਪਨਗਰ ਨੰਗਲ ਤੇ ਹੁਸ਼ਿਆਰਪੁਰ ਇਹਨਾਂ ਇਲਾਕਿਆਂ ਵਿੱਚ ਵੀ ਮੀਂਹ ਹਲਕਾ ਫੁਲਕਾ ਰਹਿ ਸਕਦਾ ਹੈ ਕੋਈ ਬਹੁਤ ਜ਼ਿਆਦਾ ਭਾਰੀ ਮੀਂਹ ਪੈਣ ਦੇ ਹਿਸਾਰ ਫਿਲਹਾਲ ਇਹਨਾਂ ਇਲਾਕਿਆਂ ਵਿੱਚ ਨਜ਼ਰ ਨਹੀਂ ਆ ਰਹੇ ਸੋ ਜੇ ਕੁੱਲਮੜਾ ਕੀ ਕਹੀਏ ਤਾਂ ਆਪਾਂ ਨੂੰ ਪੰਜਾਬ ਦੇ ਕਈ ਭਾਗਾਂ ਵਿੱਚ ਦਰਮਿਆਨਾ ਵੀ ਦੇਖਣ ਨੂੰ ਮਿਲੂਗਾ ਤੇ ਕੁਝ ਭਾਗਾਂ ਵਿੱਚ ਹਲਕੀ ਫੁਲਕੀ ਬੂੰਦਾਬاندی ਨਾਲ ਵੀ ਮੌਸਮ ਅੱਗੇ ਨਿਕਲ ਸਕਦਾ ਹੈ ਤੇ ਜੇ ਹੁਣ ਗੱਲ ਕਰੀਏ ਕਿਸਾਨ ਵੀਰਾਂ ਨਾਲ ਸੰਬੰਧਿਤ ਕਿ ਕਣਕ ਦੀ ਬਿਜਾਈ ਇਹਨਾਂ ਦਿਨਾਂ ਵਿੱਚ ਰੁਕਣੀ ਚਾਹੀਦੀ ਹੈ ਜਾਂ ਨਹੀਂ ਤਾਂ ਜੇਕਰ ਸਾਡੀ ਮਨਯਤਾ ਮੌਸਮ ਵਿਭਾਗ ਨੇ ਕਿਹਾ ਵੀ 16 16 ਨਵੰਬਰ ਤੱਕ ਮੌਸਮ ਪੰਜਾਬ ਦਾ ਥੋੜਾ ਜਿਹਾ ਗੜਬੜ ਵਾਲਾ ਰਹੇਗਾ। ਸੋ 16 ਨਵੰਬਰ ਤੱਕ ਕਣਕ ਦੀ ਬਿਜਾਈ ਕਰਨ ਤੋਂ ਥੋੜਾ ਜਿਹਾ ਗੁਰੇਜ਼ ਕਰਨਾ ਚਾਹੀਦਾ ਹੈ ਕਿਸਾਨ ਵੀਰਾਂ ਨੂੰ ਤਾਂ ਜੋ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਹੋਵੇ। ਕਿਉਂਕਿ ਇਹਨਾਂ ਦਿਨਾਂ ਵਿੱਚ ਮੌਸਮ ਵੀ ਹੁਣ ਤਕਰੀਬਨ ਠੰਡਾ ਹੋ ਚੁੱਕਿਆ ਹੈ ਤਾਂ ਕਣਕ ਜੇਕਰ ਆਪਣੇ ਤਿਆਰ ਨੇ ਤਾਂ ਆਪਾਂ ਸੁਹਾਗਾ ਮਾਰ ਕੇ ਛੱਡ ਸਕਦੇ ਹਾਂ ਤਾਂ 2 ਦਿਨ ਬਾਅਦ ਬਿਜਾਈ ਕਰਨੀ ਹੀ ਜ਼ਿਆਦਾ ਸਮਝਦਾਰੀ ਵਾਲਾ ਕੰਮ ਹੋਵੇਗਾ। ਕਿਉਂਕਿ ਜੇਕਰ ਕਣਕ ਬਿਜਾਈ ਤੋਂ ਉਪਰੰਤ 1-2 ਦਿਨ ਬਾਅਦ ਮੀਂਹ ਪੈ ਜਾਂਦਾ ਹੈ ਤਾਂ ਕਣਕ ਦੇ ਵਿੱਚ ਹੋ ਜੇ ਹੋਵੇਗਾ ਸੋ ਕਿਸਾਨ ਵੀਰ ਆਉਣ ਵਾਲੇ 2 ਦਿਨਾਂ ਤੱਕ ਕਣਕ ਦੀ ਬਿਜਾਈ ਰੋਕ ਸਕਦੇ ਨੇ ਤੇ 16 ਨਵੰਬਰ ਤੋਂ ਬਾਅਦ ਫਿਰ ਤੋਂ ਕਣਕ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਇਸ ਦੇ ਨਾਲ ਨਵੀਂ ਜਿੰਮੇ ਜੇ ਵੀ ਨਵੀਂ ਅਪਡੇਟ ਆਉਂਦੀ ਰਹੇਗੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਰੋਜ਼ ਹੀ ਰੋਜ਼ ਵੀ ਕਿਹੜੇ ਇਲਾਕਿਆਂ ਵਿੱਚ ਜ਼ਮੀਨ ਦੀਆਂ ਗਤੀਵਿਧੀਆਂ ਵਧਣ ਦੇ ਅਸਾਰ ਮਿਲ ਰਹੇ ਨੇ ਤੇ ਕਿਹੜੇ ਇਲਾਕਿਆਂ ਵਿੱਚ ਜ਼ਮੀਨ ਦੀਆਂ ਗਤੀਵਿਧੀਆਂ ਘਟ ਰਹੀਆਂ ਨੇ ਸੋ ਲਗਾਤਾਰ ਕਿਸਾਨੀ ਅਤੇ ਮੌਸਮੀ ਜਾਣਕਾਰੀ ਲਈ ਚੈਨਲ YouTube Farmer ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੁਣ ਇਜਾਜ਼ਤ ਦਿਓ ਧੰਨਵਾਦ ਜੀ